ਮੈਨੇ ਜਿਮ ਜਾਣਾ ਜਿਮ। ਸੋ ਇਹ ਗੱਡੀ ਦਾ ਜਿਹੜਾ ਬਾ ਕਮਾਲ ਵਾਲਾ ਫੀਚਰ ਹੈ ਉਹ ਤੁਹਾਨੂੰ ਦਿਖਾਉਂਦੇ ਆ, ਰੂਬਰੂ ਕਰਦੇ। 10 ਸਾਲ ਹੋ ਗਏ ਚਲਾਉਂਦੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਸਾਡੇ ਯੂਟਿਊਬ ਚੈਨਲ 'ਤੇ, ਅਤੇ ਸਵਾਗਤ ਔਲ ਹਰ ਰੋਜ਼ ਦੀ ਤਰ੍ਹਾਂ ਆਪਾਂ ਬਾਹਰ ਤੋਂ ਹੀ ਕਰ ਰਹੇ ਹਾਂ, ਅਤੇ ਟਾਈਮ ਬਚ ਚੁੱਕੇ ਆ 1, ਅਸੀਂ ਹੁਣੇ ਉੱਠੇ ਹਾਂ ਥੋੜ੍ਹਾ ਟਾਈਮ ਪਹਿਲਾਂ। ਅਤੇ ਬਾਕੀ ਅੱਜ ਵੀ ਲਾ ਦੇ ਕੁੰਡਾ, ਅਤੇ ਹੁਣ ਟਾਈਮ ਹੋ ਗਿਆ ਇਹਦੇ ਔਫਿਸ ਜਾਣ ਦਾ, ਪੰਛ ਦੇ ਦਾ ਔਫਿਸ ਨਹੀਂ ਸੋਰੀ ਕੰਮ 'ਤੇ ਜਾਣ ਦਾ, ਗਲਤੀ ਹੋ ਗਈ ਵੀਰੇ। ਅਤੇ ਹੁਣ ਇਹ ਕੰਮ 'ਤੇ ਜਾਣਗੇ, ਅਤੇ ਸਾਡੇ ਨਾਲ ਜੁਆਇਨ ਕਰ ਰਹੇ ਹਾਂ ਸਾਨੂੰ ਅੱਜ ਸ਼ੁਭਮ, ਅਤੇ ਅੱਜ ਮੁੰਡਾ ਕੰਮ ਕਰੂਗਾ ਮਿਹਨਤਾਂ, ਅਤੇ ਰੇਂਜ ਚੱਕ ਰਹੇ ਹਾਂ ਆਪਾਂ, ਅਤੇ ਰਾਣਾ ਜੀ ਘਰੇ ਆਏ ਹੋਏ ਨੇ। ਰਾਣਾ ਜੀ ਦਾ ਵੀ ਆਪਾਂ ਸਵਾਗਤ ਕਰਦੇ ਹਾਂ ਬਲੌਗ 'ਚ। ਰਾਣਾ ਜੀ ਅੱਜ ਡਰਾਈਵਿੰਗ ਦਿਖਾਉਣਗੇ ਆਪਣੇ ਸਕਿੱਲਸ, ਜਿਹੜੇ ਨੇ ਇਹਨਾਂ ਨੇ ਇੰਪਰੂਵ ਕਰੇ ਆ ਥੋੜ੍ਹੇ ਟਾਈਮ ਪਹਿਲਾਂ। ਕਰੇ ਨੀ ਫਿਰ ਲਾਇਸੈਂਸ ਤਾਂ ਦੇ ਨਹੀਂ ਦੇ ਟਰਾਈ। 10 ਸਾਲ ਹੋ ਗਏ ਚਲਾਉਂਦੇ। ਨਾ ਨਾ ਫਿਰ ਲਾਇਸੈਂਸ ਦਾ ਤਾਂ ਯੂਕੇ ਦੇ ਲਾਇਸੈਂਸ ਦਾ ਤਾਂ ਜਿਹੜੇ ਅਸੀਂ ਕਦੇ ਪਾਸ ਕਰਦੇ ਚੁੱਕੇ ਆ। ਅੰਦਰੇ ਪਈ ਹੋਊਗੀ ਕਿਤੇ, ਚੱਲ ਤੈਨੂੰ ਲੈ ਆਉਂਗੇ, ਕਿਉਂ ਤਾਂ ਟੈਨਸ਼ਨ ਲਈ ਹੈ ਇੰਨੇ ਵਾਰ। ਨਵਾਂ ਮੁੰਡਾ ਤੂੰ ਯਾਰ, ਨੌਜਵਾਨ ਗੱਭਰ ਉਦੋਂ ਸਰਕਾਰੀ ਕੰਮ ਹੈਗਾ ਸਾਡਾ, ਸਿਸਟਮ ਹੈ ਬਾਈ। 10 ਵਜੇ ਪੂਰੇ ਪਹੁੰਚ ਗਈ ਤੂੰ ਜੁਨਸਾ ਕਾਮ ਹੈ ਯਾਰ, ਕੋਈ ਬਾਤ ਨਹੀਂ। ਵੈਸੇ ਤਾਂ ਵੰਸ਼ ਆਪਣੀ ਗੱਡੀ ਵੀ ਲੈ ਕੇ ਜਾ ਸਕਦਾ, ਪਰ ਪਤਾ ਨਹੀਂ ਕਹਦੇ ਸਾਨੂੰ ਆਪ, ਸਾਨੂੰ ਐਂ ਹੋ ਜਾਂਦਾ ਵੀ ਅਸੀਂ ਵੀ ਨਿਕਲ ਜਾਈਏ ਚੱਲ ਘਰ 'ਤੇ, ਬੈਠੇ ਬੋਰੇ ਹੋ ਰਹੇ ਤੇ। ਬਾਕੀ ਅੱਜ ਕੱਲ ਦਾ ਜਿਹੜਾ ਐਕਸਪੀਰੀਅੰਸ ਹੈ ਲੋਕਾਂ ਨੇ ਬਹੁਤ ਪਸੰਦ ਕਰਿਆ ਤੇਰਾ ਮੰਚ, ਤੇ ਹੁਣ ਅੱਜ ਦਾ ਜਿਹੜਾ ਜੋਬ ਦਾ ਐਕਸਪੀਰੀਅੰਸ ਉਹ ਵੀ ਦੇ, ਠੀਕ ਹੈ। ਰਾਣਾ ਜੀ ਰਾਤ ਤੁਹਾਡੀ ਨਾਈਟ ਸ਼ਿਫਟ ਨਹੀਂ ਦੀ ਤੁਹਾਡੀ? ਪੈਸਾ ਬਹੁਤ ਹੈ, ਕਾਹਦੇ ਨੀ ਗਿਆ? ਮੈਨੂੰ ਟੈਨਸ਼ਨ ਰਹਿੰਦੀ ਪੈਸਾ ਕਿੱਥੇ ਆ ਮੈਂ ਲਾਉਣਾ। ਰਾਣਾ ਜੀ ਪਾਰਕ ਨਾ ਖਰੀਦ ਲੈ ਫਿਰ, ਪਾਰਕ ਨੀ ਪਾਰਕਿੰਗ ਖਰੀਦੋ, ਨਾਲੇ ਠੇਕੇ ਲੈ ਲਿਆ ਕਰੂੰਗੇ। ਸਹੀ ਬਾਤ ਹੈ, ਪਰਚੀਆਂ ਕੱਟਣੇ ਵਾਸਤੇ ਬਿਠਾ ਦਈਏ ਕਿਸੇ ਨੂੰ, ਰੋਜ਼ਗਾਰ ਮਿਲ ਜਾਏ ਪਰਚੀਆਂ ਕੱਟਣੇ। ਓ ਹੋ ਰੋਜ਼ਗਾਰ ਵਾਲੇ ਲੋਕ, ਇਹ ਹੈ ਲੇਬਰ ਪਾਰਟੀ ਦੇ ਸਮਰਥਕ ਜਿਹਨੂੰ ਰੋਜ਼ਗਾਰ ਮਿਲੇਗਾ। ਤੇ ਬਾਈ ਨੇ ਸਾਈਡ ਦੇ ਦਿੱਤੀ ਆਪਾਂ ਨੂੰ, ਬਹੁਤ ਬਹੁਤ ਧੰਨਵਾਦ ਬਾਈ ਦਾ। ਲਓ ਜੀ ਪਹੁੰਚ ਗਏ ਆਪਾਂ ਵੰਸ਼ ਦੀ ਕੰਪਨੀ 'ਚ। ਚਲੋ ਜੀ ਓਕੇ, ਮਿਲਤੇ ਹੈ ਜੀ। ਓਕੇ ਬ੍ਰੋ, ਚਲ ਠੀਕ ਹੈ, ਸੁਬਹ ਆ ਜੀ 10 ਵਜੇ ਆ ਜੀ ਬਾਈ ਮੁੰਡੇ ਨੂੰ ਲੈਣ। ਓਕੇ ਓਕੇ।
ਯਾਰ ਆਲੀ ਲੈਨਕ ਹੈ ਜਿਹੜੀ ਜ਼ਿਆਦਾ ਗ੍ਰੇਸ ਪਾਉਂਦੀ ਹੈ ਨਾ ਇਹ ਵਾਲੀ ਹਾਂ ਵਧੀਆ ਆ ਤੂੰ ਹੀ ਨਹੀਂ ਕਹਿਣਾ ਹੈ ਰਾਣਾ ਜੀ ਆਪਣਾ ਭੰਗੜਾ ਵਾਇਰਲ ਹੋ ਗਿਆ ਜੀ ਪੂਰਾ ਉੱਠ ਜਾ ਬਾਈ ਤੂੰ ਵੀ ਉੱਠ ਜਾ ਕਿਉਂ ਕਿਉਂ ਗੁੱਡ ਮਾਰਨਿੰਗ ਹੋ ਗਈ ਇੱਧਰ ਚੱਲ ਰਹੀ ਹੈ ਕਿਆ ਚੱਲ ਰਿਹਾ ਮੇਰਾ ਮਹਿੰਦੀ ਮਹਿੰਦੀ ਡਿਜ਼ਾਈਨ ਸਰਚ ਹੋ ਰਿਹਾ ਪਿੰਟਰੈਸਟ ਤੇ ਯੈਸ ਅੱਜ ਕਹੇ ਜੀ ਮਹਿੰਦੀ ਲਾਉਂਗੇ ਕੈਂਟ ਜੀ ਵਧੀਆ ਜੀ ਹਾਂਜੀ ਸੋ ਹੁਣੇ ਹੁਣੇ ਸਾਨੂੰ ਫੋਨ ਆਇਆ ਬਾਈ ਦਾ ਸੁਮਿਤ ਦਾ ਕਿ ਸਾਨੂੰ ਲੈਣ ਆ ਜੋ 4 ਵਜ ਗਏ ਘੰਟੇ ਨੂੰ ਨਾ ਫਿਰ ਕਹਿਣਾ ਵੀ ਚਲੋ ਚੱਲੀਏ ਬਾਕੀ ਮੌਸਮ ਦੇਖ ਸਕਦੇ ਆ ਬਹੁਤ ਸੋਹਣਾ ਹੋਇਆ ਹੋਇਆ ਤੇ ਰੈਗੂਲਰ ਇੱਦਾਂ ਦਾ ਹੀ ਮੌਸਮ ਚੱਲ ਰਿਹਾ ਹੈ ਬੱਦਲ ਬਾਈ ਸੋਹਣੀ ਵਧੀਆ ਹੋਈ ਹੋਈ ਆ ਮੀਂਹ ਨਹੀਂ ਪਿਆ ਕਈ ਦਿਨ ਹੋ ਗਏ ਤੇ ਹੁਣ ਆਪਾਂ ਚੱਕੀ ਆ ਰਾਣਾ ਜੀ ਵਾਲੀ ਗੱਡੀ ਇਹ ਵੀ ਕਈ ਦਿਨ ਬਾਅਦ ਬੈਠਣਾ ਇਹਦੇ 'ਚ ਵੀ ਰੇਂਜ ਤੋਂ ਹੀ ਨਹੀਂ ਉੱਤਰ ਰਹੇ ਤੇ ਹੈ ਰਾਣਾ ਜੀ ਮੈਂ ਕਈ ਦਿਨ ਬਾਅਦ ਇਹ ਗੱਡੀ 'ਚ ਬੈਠ ਰਹੇ ਹਾਂ ਰੇਂਜ 'ਤੇ ਹੀ ਨਹੀਂ ਉੱਤਰ ਰਹੇ ਹਾਂ ਯਾਰ ਉਹ ਦਿਲਜੀਤ ਦਾ ਕਿਹੜਾ ਗਾਣਾ ਹੈ ਉਹ ਨਵਾਂ ਹੈ ਜਿਹੜਾ ਸੋ ਇਹ ਗੱਡੀ ਦਾ ਜਿਹੜਾ ਬਾ ਕਮਾਲ ਵਾਲਾ ਫੀਚਰ ਹੈ ਉਹ ਤੁਹਾਨੂੰ ਦਿਖਾਉਂਦੇ ਹਾਂ ਰੂਬਰੂ ਕਰਦੇ ਹੋ ਤੁਹਾਡੇ ਮੂਹਰੇ ਇੱਕ ਤਾਂ ਹੁੰਦੀ ਸਨ ਰੂਫ ਬਸ ਇੰਨੀ ਹੁੰਦੀ ਸਨ ਰੂਫ ਆਹ ਹੁੰਦੀ ਹੈ ਸਿਰਾ ਚੀਜ਼ ਮੂਨ ਰੂਫ ਬਸ ਇਹ ਖੁੱਲਦੀ ਨਹੀਂ ਹੈ ਇੱਦਾਂ ਬੱਦਲ ਬੁਦਲ ਆਪਾਂ ਨੂੰ ਵਧੀਆ ਦਿਖਦੇ ਹਾਂ ਇਹ 'ਚ ਹੋਰ ਕਿੱਥੇ ਜਾਊਗੀ ਨਹੀਂ ਅਤੇ ਮਤਲਬ ਪਿੱਛੇ ਵਾਲੇ ਬੰਦੇ ਨੂੰ ਵੀ ਦੇਖ ਸਕਦਾ ਉੱਪਰ ਮਤਲਬ ਸਿਰਾ ਵਿਊ ਜਮਾ ਜੀ ਗਾਣੇ ਗੁਣੇ ਲਾ ਕੇ ਹੁਣ ਨਿਕਲਦੇ ਹੈ ਨਾ ਗੇੜੀ 'ਤੇ ਜਾਣਾ ਚਾਹੀਦਾ ਆਪਾਂ ਨੂੰ ਹੈ ਨਾ ਰੋਜ਼ 2 ਟਾਈਮ ਗੇੜੀ ਚਾਹੀਦੀ ਹੈ ਬੰਦੇ ਚੱਕ ਲਏ ਕਦੀ ਛੱਡ ਲਏ ਆਹ ਕੰਮ ਚੱਲ ਰਿਹਾ ਲਓ ਜੀ ਤਾੜੀਆਂ ਰੁਕਣੀਆਂ ਨਹੀਂ ਚਾਹੀਦੀਆਂ ਰੁਕਣੀਆਂ ਨਹੀਂ ਚਾਹੀਦੀਆਂ ਆ ਜਾ ਯਾਰ ਲਓ ਜੀ ਪਹੁੰਚ ਗਏ ਬਾਈ ਆਪੇ ਆ ਜੇ ਕਰੋ ਯਾਰ ਓਕੇ ਬ੍ਰੋ ਓਕੇ ਪਰੇਸ਼ਾਨ ਹੁੰਦੇ ਯਾਰ ਹੋਰ ਕਦੀ ਕਿਸੇ ਨੂੰ ਲੈ ਕੇ ਆਉਣਾ ਕਦੀ ਕਿਸੇ ਨੂੰ ਇੰਨਾ ਟਾਈਮ ਥੋੜੀ ਹੁੰਦਾ ਯਾਰ ਸਾਡੇ ਕੋਲ ਬੀਜ਼ੀ ਬੰਦੇ ਯਾਰ ਅਸੀਂ ਥੋੜੇ ਜੇ ਬੰਦੇ ਆ ਸਾਡੇ ਘਰੇ 4 ਗੱਡੀਆਂ ਖੜ ਜਾਂਦੀਆਂ ਦੂਏ ਦੀ ਵੀ ਲਾ ਦੀ ਗੱਡੀ ਇੱਕ ਆਹ ਖੜੀ ਹੈ 2-3 ਤੇ ਇੱਕ ਇੱਧਰ ਖੜੀ ਹੈ 4 ਅਸੀਂ ਨਾ ਡਸਟਬਿਨ 'ਚ ਪਿੱਛੇ ਕਰਕੇ ਰੱਖਣੇ ਆ ਫਿਰ ਨਾ ਉਰੇ ਇੱਕ ਗੱਡੀ ਉਰੇ ਖੜ ਜੇ ਕਰੂਗੀ ਵਧੀਆ ਸੈੱਟ ਹੋ ਜੂਗਾ ਮਾਹੌਲ ਵੈਸੇ ਤਾਂ ਇਹ ਗੱਡੀ ਨੇ ਤਾਂ ਆਪਣੀ ਨੇ ਚਲੇ ਜਾਣਾ ਥੋੜ੍ਹੇ ਦਿਨਾਂ ਤੱਕ ਇਹਦਾ ਸਾਰਾ ਕੁਛ ਡਨ ਹੋਇਆ ਹੋਇਆ ਅਤੇ ਬਸ ਥੋੜ੍ਹੇ ਦਿਨਾਂ ਵਿੱਚ ਕੱਢ ਦੇਣੀ ਇਹ ਵੀ ਫਿਰ ਉਹ ਰੇਂਜ ਉਰੇ ਆ ਜੇ ਕਰੂਗੀ ਅਤੇ ਉਹ ਜਿਹੜੀ ਦੂਜੀ ਹੈ ਉਹ ਇੱਧਰ ਖੜ ਜੇ ਕਰੂਗੀ ਵੈਸੇ ਤਾਂ ਆਹ ਵੀ ਖੋਲ੍ਹ ਸਕਦੇ ਹਾਂ ਅਸੀਂ ਪਰ ਖੋਲ੍ਹਦੇ ਨਹੀਂ ਹੈ ਪਤਾ ਨਹੀਂ ਕਾਹਤੇ ਡਿਲੀਟ ਕਰ ਤੂੰ ਤਾਂ ਮਹਿੰਦੀ ਲਾ ਰਹੀ ਆ ਬੋਰ ਕਿੱਦਾਂ ਹੋ ਰਹੀ ਆ ਤੂੰ ਕੋਈ ਨੀ ਇੱਕ ਹੱਥ ਪਤਾ ਲਾ ਲਈ ਦੂਜੇ ਹੱਥ ਪਤਾ ਚਪਕਾ ਦੇ ਹੱਥ ਹਾਂ ਚਪਕਾ ਦੇ
बीमार है तू क्या हो प्रसाद उसको तो काम है इतनी तू इन कंबल जी छड भी देगा सारा दिन इसी में बड़ी बैठी रहनी है बर्फ पै रही बाहर निकल गए देखो भैया आपने स्वेटशर्ट डाल रखी है गलती कितने पैगी अज गलती जब मैं आए करके कपड़े छांट रहा था मैं आ टक्करी में पा दी अलमीरा शुभी कि चल मैं पूछना शुभी नु कि बिलकुल सही करी अगर बीच बैठे कतल हो जाए जेडे मतलब बंदे दे जिम वाले मैंने जिम जाना रोज पाजी जिम चले करूंगे जाते नहीं करते नहीं है मन सवेरी ठाल दे करो जेबरा आ चुका है जद सुमित बाई नू बाय बाय करनी है ते
ਵੰਸ਼ ਨੂੰ ਵੀ ਚੱਕ ਕੇ ਲੈ ਕੇ ਆਉਣਾ ਹੈ, ਪਹਿਲਾਂ ਛੱਡ ਕੇ ਆਏ ਯਾਰ ਸਾਡੀ ਢੋ ਢਵਾਈ 'ਤੇ ਡਿਊਟੀ ਕਾਹਤੇ ਲਾਈ ਵੀ ਹੈ ਤੁਸੀਂ, ਢੋ ਢਵਾਈ 'ਤੇ ਕਦੀ ਲੈਣ ਚਲੇ ਗਏ ਕਦੀ ਛੱਡਣ ਚਲੇ ਗਏ, ਅਸੀਂ ਚੱਲੇ ਹਾਂ। ਫੋਟੋ ਉਤਾਰਦਾ ਮੈਂ ਤੇਰੀ। ਪਹੁੰਚੀ ਜੀ ਟੈਸਕੋ, ਕਿਉਂਕਿ ਸੁਮਿਤ ਬਾਈ ਦਾ ਹੋ ਗਿਆ ਆਟਾ ਖਤਮ, ਫੋਨ ਆ ਗਿਆ ਬਾਈ ਨੂੰ ਕਿ ਆਟਾ ਚਾਹੀਦਾ ਬਾਈ, ਚੌਲ ਚੂਲ ਖਾ ਲਓ ਯਾਰ। ਆ ਬਣਾਈਏਗਾ ਆਟਾ, ਜ਼ਰੂਰ ਪਹੁੰਚਣਾ ਜੀ ਇਹ। ਚੌਲ ਚੌਲ ਖਾਣ ਨਾ ਖਾ ਲੈ ਇਕੱਲਾ। ਕੱਲ ਨੂੰ ਫਿਰ ਚੌਲ, ਚੌਲਾਂ ਕਿੱਧਰ ਨੂੰ ਹੋ ਜੋ ਕਿਉਂ ਹੋ ਜੋ ਪਿਆਰ ਰੱਖਿਆ ਆਟਾ ਉੱਤੇ, ਚੌਲ ਚੂਲ ਖਾ ਕਰੋ, ਫੈਟ ਫੂਟ ਖਾ ਕਰੋ। ਚੌਲ ਮਿਲ ਜਾਣੇ ਤੇ ਲੀਡਲ ਤੇ, ਹੁਣ ਸਾਨੂੰ ਆਣਾ ਪਿਆ ਟੈਸਕੋ ਆਟੇ ਲਈ। ਆ ਯਾਰ ਸੁਮਿਤ ਬੰਦ ਤਾਂ ਨਹੀਂ ਹੋਇਆ ਹਲੇ, ਤਾਂ ਚੱਲ ਰਿਹਾ। ਇਹੋ ਜਿਹੇ ਬੰਦੇ ਆ ਨਾ, ਪਤਾ ਆਟਾ ਕਿੱਥੇ ਮਿਲਦਾ, ਫ੍ਰੀਜ਼ਰ ਮੈਂ ਲਿਆਣ ਕੇ ਖੜਾ ਤਿਆ, ਉਹ ਪਿਆ ਬਾਈ। ਇਹ ਬੰਦੇ ਨੇ ਚੱਕ ਲਿਆ ਆਟਾ, ਦੇਖ ਲਓ ਰੇਂਜ ਰੋਵਰ 'ਚ ਆਟਾ ਜਾ ਰਿਹਾ ਹੈ ਕੋਈ ਚੜ੍ਹਾਈ ਛੁੱਪੀ। ਅਤੇ ਟਾਈਮ ਵਜੇ ਵੀ 9:30 ਹੋ ਗਏ, 9:30 ਹੋ ਗਏ, ਅਤੇ ਦਿਨ ਦੇਖ ਲਓ ਕਿੰਨਾ ਖੜਿਆ। ਚਲਾ ਦੇ ਅਤੇ ਆਪਾਂ ਚੱਕਿਆ ਇਹ, ਅਤੇ ਆਪਾਂ ਚੱਕਿਆ ਇਹ, ਛੁੱਬੀ ਨੇ ਕਿਹਾ ਕਿਆ ਚੱਕਿਆ ਛੁੱਬੀ, ਚੱਕਿਆ ਗਲਾਸ ਬਰਫੀਆਂ ਦਾ, ਟੋਫੀਆਂ, ਅਤੇ ਪਾਈਨਐਪਲ ਦਾ ਜੂਸ, ਅਤੇ ਇੱਧਰ ਤੁਸੀਂ ਕਿਹਾ ਚੱਕਿਆ ਬਾਈ ਵਿੱਚ ਦੇ ਨਾ ਮੰਗ ਲਈ, ਮੈਂ ਆਟਾ ਚੱਕਿਆ ਦੋ। ਹਾਂ ਅੱਛਾ, ਬਾਈ ਨੇ ਆਟਾ ਚੱਕਿਆ ਦੋ, ਆਟਾ ਹੀ ਖਾਵਾਂਗਾ, ਆਟਾ ਹੀ ਖਾਵਾਂ, ਸੁੱਕਾ ਹੀ ਖਾਵਾਂ। ਚਲੋ ਫਿਰ ਚੱਲਦੇ ਹਾਂ ਸੁਮਿਤ ਨੂੰ ਕਰਦੇ ਹਾਂ ਬਾਏ ਬਾਏ, ਫਿਰ ਉਹ ਦੂਏ ਨੂੰ ਵੀ ਲੈ ਕੇ ਆਉਣਾ, ਅਤੇ ਬਾਏ ਬਾਏ ਕਰਦੇ ਹਾਂ ਆਪਾਂ ਸੁਮਿਤ ਬਾਈ ਨੂੰ ਵੀ ਆਟੇ ਦੀ ਥੈਲੀ। ਚਲੀਏ ਘਰੇ, ਚਲੋ ਜੀ। ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ, ਪਹੁੰਚ ਗਿਆ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਕਿੱਦਾਂ ਦਾ ਕੰਮ ਦਾ ਬਾਈ? ਬਾਈ ਬਸ ਕੀ ਸੁਣਾਉਂ ਯਾਰ, ਮਜ਼ੇ ਕੀ ਬਾਤ ਹੋ ਗਈ ਅੱਜ, ਬਹਿਸ ਹੋ ਗਈ ਅੱਜ ਤੋਂ ਮਰਨੇ ਗਿਆ ਬਸ ਹੋ ਗਿਆ ਗੈਂਗਸਟਰ। ਚਲੀਏ ਚਲੋ, ਹੁਣੇ ਆਪਾਂ ਘਰੇ ਆਏ ਤੇ ਫਿਰ ਦੇਖਿਆ ਕਿ ਆਸ਼ੂ ਵੀ ਕਿਆ ਦੇਖਿਆ ਆਪਾਂ, ਮਹਿੰਦੀ ਆਲ ਟਾਈਮ ਮਹਿੰਦੀ 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 ਕਿੱਦੇ ਵਿੱਚ ਮੱਚਾਂ ਡਿੰਗ 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 ਡਿੰਗ, ਮਿੰਟ ਪਿੱਛੇ ਲੱਗ ਜਾਂਦੀ ਮਹਿੰਦੀ ਦੇਖ ਲਓ, ਮੇਰੀ ਮਹਿੰਦੀ ਦੇਖ ਲਓ। ਆ ਮੈਂ ਆਪ ਲਾਈ ਹੈ, ਆ ਮੈਂ ਖੱਬੇ ਹੱਥ ਨਾਲ ਆਪੇ ਲਾ ਲਈ, ਆ ਮੈਂ ਆਪ ਲਾਈ ਹੈ ਖੱਬੇ ਹੱਥ ਨਾਲ, ਤੂੰ ਆਏਗਾ ਦੋਏ ਹੱਥਾਂ ਦੇ, ਦੋਏ ਹੱਥਾਂ ਦੇ ਮੈਂ ਲਾਈ ਹੈ, ਬਟ ਆ ਮੇਰੀ ਆਰਟ ਹੈ ਵੀ ਮੈਂ ਖੱਬੇ ਹੱਥ ਤੇ ਵੀ ਲਾ ਲੈਂਦੀ ਹਾਂ, ਨਹੀਂ ਸੱਜੇ ਹੱਥ ਤੇ ਖੱਬੇ ਹੱਥ ਨਾਲ ਲਾ ਲੈਂਦੀ ਹਾਂ। ਦੇਖੋ ਆ ਫਿਰ ਤਾਂ ਹੀ ਮੈਂ ਥੋੜ੍ਹੀ ਥੋੜ੍ਹੀ ਲਾਈ ਹੈ, ਵੀ ਜ਼ਿਆਦਾ ਨਹੀਂ ਕਾਚਾ ਮਚਾ ਨਹੀਂ ਕਰਨਾ ਹੈਗਾ। ਸੁਪਰੀਮ ਨੇ ਕਿਹਾ ਸੱਜੇ ਹੱਥ ਗਿਆ, ਸੱਜੇ ਹੱਥ ਪਹਿਲੇ ਲੈ ਲਿਓ, ਇਹ ਕਲੋਲਦੀ ਹੈ, ਟੈਲੈਂਟ ਹੈ ਬਈ, ਕੀ ਕਰੀਏ। ਤੇ ਇਹ ਵਲੌਗ ਆਪਾਂ ਇੱਥੇ ਹੀ ਐਂਡ ਕਰਦੇ ਹਾਂ, ਮਿਲਦੇ ਹਾਂ ਕੱਲ ਇੱਕ ਨਵੇਂ ਵਲੌਗ ਦੇ ਨਾਲ, ਤੇ ਤੁਸੀਂ ਨਾ ਵਲੌਗ ਦੇਖ ਲਿਆ ਕਰੋ, ਸੋਹਣੇ ਸੋਹਣੇ ਕਮੈਂਟ ਕਰਦਿਆ ਕਰੋ। ਚਲੋ ਜੀ, ਰਾਤ ਨੂੰ ਐਨਕਾਂ ਲਾ ਕੇ ਬੈਠੇ ਹਾਂ ਤੇ ਮਿਲਦੇ ਹਾਂ ਕੱਲ ਨੂੰ ਨਵੇਂ ਵਲੌਗ ਦੇ ਨਾਲ, ਜਦ ਤੱਕ ਲਈ ਧੰਨਵਾਦ।